ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰੋ, ਮੈਂ ਹਾਂ ਤੁਹਾਡਾ ਆਪਣਾ ਹਨੀਮਾਨ। ਪਹਿਲੇ ਮੈਂ ਸਲਾਮ ਕਰਦਾ ਹਾਂ ਉਹਨਾਂ ਸੋਸ਼ਲ ਵਰਕਰਸ ਦਾ, ਉਹਨਾਂ ਭਰਾਵਾਂ ਦਾ ਜਿਹੜੇ ਕਿ ਦਿਨ ਰਾਤ ਜਲੰਧਰ ਵਿੱਚ ਪੰਜਾਬ ਦੇ ਵਿੱਚ ਸੇਵਾ ਕਰ ਰਹੇ ਨੇ। ਵਾਕਈ ਤੁਹਾਡੀ ਸੇਵਾ ਬੇਮਿਸਾਲ ਹੈ। ਇਹ ਤੁਸੀਂ ਸਾਬਤ ਕਰਤਾ ਕਿ ਪੰਜਾਬੀਆਂ ਦਿਲ ਇੰਨੇ ਵੱਡੇ ਨੇ, ਔਰ ਤੁਸੀਂ ਖੁੱਲ੍ਹੇ ਦਿਲ ਦੇ ਨਾਲ ਹੜ ਲਿਆ ਦਿੱਤੇ ਲੰਗਰਾਂ ਦੇ, ਗਰੀਬਾਂ ਤੱਕ ਪਹੁੰਚਾਈ ਜਾ ਰਹੇ ਹੋ। ਵਾਕਈ ਤੁਹਾਨੂੰ ਸਲਾਮ ਹੈ ਜੀ, ਸਲਾਮ ਹੈ। ਪਰ ਇੱਕ ਗੱਲ ਧਿਆਨ ਰੱਖਣਾ ਦੋਸਤੋ, ਇੱਥੇ ਕੋਈ ਹੜ ਨਹੀਂ ਆਇਆ, ਕੋਈ ਪ੍ਰੋਬਲਮ ਨਹੀਂ ਆਈ, ਇੱਕ ਬਿਮਾਰੀ ਹੈ, ਹਿਊਮਨ ਟੂ ਹਿਊਮਨ ਬਿਮਾਰੀ ਵੱਧ ਰਹੀ ਹੈ। ਪਲੀਜ਼ ਜਿਹੜਾ ਕਮਿਊਨਿਟੀ ਲੰਗਰ ਦੇ ਨਾਲ ਸੋਸ਼ਲ ਡਿਸਟੈਂਸਿੰਗ ਜਿਹੜੀ ਉਹ ਬਿਲਕੁਲ ਭੰਗ ਹੋ ਰਹੀ ਹੈ, ਬਿਲਕੁਲ ਡਿਸਟਰੋਏ ਹੋ ਰਹੀ ਹੈ। ਸੋਸ਼ਲ ਡਿਸਟੈਂਸਿੰਗ ਦਾ ਹੀ ਇੱਕੋ ਹੀ ਉਪਾਅ ਹੈ। ਸਾਡੇ ਸਾਹਮਣੇ ਐਡੀ ਵੱਡੀ ਇਗਜ਼ਾਮਪਲ ਹੈ, ਦੁਨੀਆ ਦੇ ਸਾਹਮਣੇ ਕਿੰਨਾ ਕਿੰਨਾ ਕੁਛ ਹੋ ਚੁੱਕਾ ਹੈ। ਪਲੀਜ਼ ਆਪਣੇ ਬੰਦੇ ਅੰਦਰ ਰੱਖੋ, ਜੇ ਰਸੁੱਕਾ ਰਾਸ਼ਨ ਦਿਓ ਐਡਮਿਨਿਸਟ੍ਰੇਸ਼ਨ ਦੇ ਹਿਸਾਬ ਦੇ ਨਾਲ, ਉਹਨਾਂ ਨੂੰ ਇੱਕ ਚੈਨਲਾਈਜ਼ ਤਰੀਕੇ ਦੇ ਨਾਲ ਰਾਸ਼ਨ ਵੰਡ ਦਿਓ। ਸਾਡਾ ਐਡਮਿਨਿਸਟ੍ਰੇਸ਼ਨ ਬਹੁਤ ਵਧੀਆ ਕੰਮ ਕਰ ਰਿਹਾ। ਮੈਂ ਕਿਸੇ ਵੀ ਸੋਸ਼ਲ ਵਰਕਰ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ, ਕਿਸੇ ਨੂੰ ਮੈਂ ਦੁਖੀ ਨਹੀਂ ਕਰਨਾ ਚਾਹੁੰਦਾ, ਕਿਸੇ ਦੀ ਭਾਵਨਾਵਾਂ ਨੂੰ ਮੈਂ ਨਹੀਂ ਪਿੰਚ ਕਰ ਰਿਹਾ। ਮੈਂ ਪਹਿਲਾਂ ਹੀ ਮਾਫੀ ਮੰਗਦਾ ਜੇ ਕੋਈ ਨਾਰਾਜ਼ ਹੋਵੇ। ਸੋਸ਼ਲ ਵਰਕਰ ਭਰਾਵੋ, ਇੱਥੇ ਹੜ ਨਹੀਂ ਆਇਆ ਹੈ, ਇੱਦਾਂ ਲੰਗਰ ਨਾ ਵੰਡੋ ਜਿਹਦੇ ਨਾਲ ਸੋਸ਼ਲ ਡਿਸਟੈਂਸਿੰਗ ਖਤਮ ਹੋ ਜਾਵੇ। ਬਸ ਮੇਰੀ ਇੰਨੀ ਕੁ ਬੇਨਤੀ ਹੈ ਕਿ ਸੋਸ਼ਲ ਡਿਸਟੈਂਸਿੰਗ ਨਾ ਖਤਮ ਕਰੋ। ਤੁਹਾਡੇ ਖੁਦ ਸੇਵਾਦਾਰ ਇਕੱਠੇ ਹੋ ਰਹੇ ਨੇ, ਤੁਸੀਂ ਸਾਰੇ ਇੱਕ ਈਵੈਂਟ ਦੀ ਤਰ੍ਹਾਂ, ਤੁਹਾਨੂੰ ਗਰੁੱਪ ਬਣਾ ਕੇ ਰਸ਼ ਪੈ ਰਿਹਾ ਬਹੁਤ ਜ਼ਿਆਦਾ। ਸੋਸ਼ਲ ਡਿਸਟੈਂਸਿੰਗ ਸਾਰੀ ਭੰਗ ਹੋ ਰਹੀ ਹੈ। ਐਡਮਿਨਿਸਟ੍ਰੇਸ਼ਨ ਬਹੁਤ ਵਧੀਆ ਕੰਮ ਕਰ ਰਿਹਾ ਹੈ। ਸੁੱਕਾ ਰਾਸ਼ਨ ਦਿਓ ਉਹਨਾਂ ਨੂੰ, ਆਪਣੇ ਚੈਨਲਾਈਜ਼ ਤਰੀਕੇ ਦੇ ਨਾਲ ਇਹਨੂੰ ਵੰਡਣ ਦਿਓ। ਜਿਹੜੇ ਮੇਰੇ ਪੱਤਰਕਾਰ ਭਰਾ, ਮੇਰੇ ਮੀਡੀਆ ਵਾਲੇ ਦੋਸਤ, ਕੋਈ ਐਚ ਹੌਟ ਇੰਡੀਆ ਨਿਊਜ਼ ਨੇ ਵੀ, ਅਮਿਤ ਜੀ ਨੇ ਵੀ ਇਹ ਖਬਰ ਲਾਈ ਹੈ ਸੋਸ਼ਲ ਡਿਸਟੈਂਸਿੰਗ 'ਤੇ, ਰੋਜ਼ ਦੀਆਂ 5 ਖਬਰਾਂ ਲਾਓ। ਰੱਬ ਦਾ ਵਾਸਤਾ ਅਮਿਤ ਜੀ, ਰੋਜ਼ ਦੀਆਂ 5 ਖਬਰਾਂ ਲਾਓ, ਦੱਸੋ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਕੀ ਹੁੰਦੀ। ਬਾਕੀ ਵੀ ਸਾਰੇ ਮੀਡੀਆ ਵਾਲੇ ਭਰਾ, BTV ਬਹੁਤ ਵਧੀਆ ਕੰਮ ਕਰ ਰਹੀ ਹੈ, ਸਾਰੇ ਚੈਨਲ ਵਾਲੇ ਜਿੰਨੇ ਵੀ ਹੈਗੇ ਨੇ, ਮੈਂ ਨਾਮ ਨਹੀਂ ਲੈ ਸਕਦਾ, ਬਹੁਤ ਵਧੀਆ ਕੰਮ ਕਰ ਰਹੇ। ਸੋਸ਼ਲ ਡਿਸਟੈਂਸਿੰਗ ਨੂੰ ਪਲੀਜ਼ ਮੇਨਟੇਨ ਕਰੋ। ਮੈਂ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੁੰਦਾ, ਕਿਸੇ ਵੀ ਮੈਂ ਬੰਦੇ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੁੰਦਾ। ਜੇ ਕੋਈ ਹਰਟ ਹੋਇਆ ਤਾਂ ਮੈਂ ਪਹਿਲੇ ਮਾਫੀ ਮੰਗਦਾ ਹਾਂ। ਇਹ ਬੜਾ ਫਰੂਟਫੁੱਲ ਮੈਸੇਜ, ਇਹ ਥੋਟ ਪ੍ਰੋਸੈਸ ਸੀਗਾ ਟੀਨੂ ਜੀ ਨੋਟਿਸ ਬੋਰਡ ਨੇ ਜਿਨ੍ਹਾਂ ਨੇ ਮੈਨੂੰ ਦਿੱਤਾ, ਅਤੇ ਮੈਂ ਤੁਹਾਡੇ ਸਾਹਮਣੇ ਵੀਡੀਓ ਪੇਸ਼ ਕੀਤਾ। ਪਲੀਜ਼ ਪਲੀਜ਼, ਮੈਂ ਥੈਂਕਫੁੱਲ ਹਾਂ ਟੀਨੂ ਜੀ ਦਾ। ਪਲੀਜ਼ ਅਗਰ ਕਿਸੇ ਨੂੰ ਹਰਟ ਲੱਗਿਆ ਤਾਂ ਮੈਂ ਮਾਫੀ ਮੰਗਦਾ। ਕਿਰਪਾ ਕਰਕੇ ਸੋਸ਼ਲ ਡਿਸਟੈਂਸਿੰਗ ਨੂੰ ਮੇਨਟੇਨ ਕਰੋ। ਮੀਡੀਆ ਵਾਲੇ ਮੇਰੇ ਭਰਾ, ਸਾਰੇ ਛੋਟ ਨਿਊਜ਼ ਚੈਨਲ ਵਾਲੇ ਪੋਰਟਲਸ, ਸੋਸ਼ਲ ਡਿਸਟੈਂਸਿੰਗ ਉੱਤੇ ਰੱਖੋ। ਰੱਬ ਦਾ ਵਾਸਤਾ, ਜੇ ਤੁਹਾਨੂੰ ਦੁਨੀਆ ਨੂੰ ਬਚਾ ਲਓ ਭਰਾਵਾਓ, ਇਹ ਬਚਾ ਲਓ, ਬਚਾ ਲਓ ਕਿਸੇ ਤਰੀਕੇ ਨਾਲ ਵੀ ਦੁਨੀਆ ਨੂੰ ਬਚਾ ਲਓ। ਮੈਂ ਅਰਦਾਸ ਕਰਦਾ ਹਾਂ ਕਿ ਤੁਹਾਡਾ ਪਰਿਵਾਰ ਖੁਸ਼ ਰਹੇ, ਤੁਸੀਂ ਸਾਰੇ ਰਾਜ਼ੀ ਰਹੋ, ਇਸ ਬਿਮਾਰੀ ਤੋਂ ਜਲਦੀ ਜਲਦੀ ਛੁਟਕਾਰਾ ਪਹੁੰਚੇ।